ਐਸੀਆਂ ਸਿਫਤਾਂ ਜਿਨ੍ਹਾਂ ਨੂੰ ਇਨਸਾਨ ਅਪਣਾ ਕੇ ਫਿਤਰਤ ਦੇ ਮੁਤਾਬਕ ਹੋ ਜਾਂਦਾ ਹੈ, ਇਹ ਜਿਹਦੇ ਉੱਤੇ ਅੱਲਾਹ ਤਾਲਾ ਨੇ ਇਨਸਾਨ ਨੂੰ ਪੈਦਾ ਕੀਤਾ ਹੈ ਅਤੇ ਪਸੰਦ ਕੀਤਾ ਹੈ ਤਾਂ ਕਿ ਬਿਹਤਰੀਨ ਸ਼ਕਲ ਸੂਰਤ 'ਚ ਨਜ਼ਰ ਆਵੇ। ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਹੈ ਕਿ ਪੰਜ ਸਿਫਤਾਂ ਫਿਤਰਤ 'ਚੋਂ ਨੇ, ਖੁਤਨੇ ਕਰਨਾ, ਜ਼ੇਰੇ ਨਾਲ ਵਾਲ ਮੁੰਡਣਾ ਜਾਂ ਕਟਾਉਣਾ, ਬਗਲਾਂ ਦੇ ਵਾਲ ਪੁੱਟਣਾ ਅਤੇ ਮੁੱਛਾਂ ਕੱਟਣਾ। ਅਤੇ ਇਸਤਿਹਦਾਦ ਦਾ ਮਤਲਬ ਹੈ ਜ਼ੇਰੇ ਨਾਲ ਵਾਲ ਕੱਟਣਾ, ਔਰ ਇਹਦਾ ਮਤਲਬ ਹੈ ਕਿ ਉਸਤਰਾ ਜਾਂ ਬਲੇਡ ਇਸਤੇਮਾਲ ਕਰਨਾ। ਮੁੱਛਾਂ ਕੱਟਣਾ, ਇਹ ਕੱਟ ਕਰਨਾ ਅਤੇ ਸਾਫ ਕਰਨਾ, ਕੱਟਣ 'ਚ ਮੁਬਾਲਗਾ ਕਰਨਾ, ਜਿਹਦੇ ਨਾਲ ਖੂਬਸੂਰਤੀ ਅਤੇ ਸਫਾਈ ਵੀ ਹੁੰਦੀ ਹੈ ਅਤੇ ਕਾਫਰਾਂ ਦੀ ਮੁਖਾਲਫਤ ਵੀ ਹੈ। ਨੌਵਾਂ ਨੂੰ ਕੱਟਣ ਨਾਲ ਗੰਦਗੀ ਦੂਰ ਹੁੰਦੀ ਹੈ ਅਤੇ ਜਿਹੜੀ ਉਹਨਾਂ ਦੇ ਥੱਲੇ ਜਮ੍ਹਾਂ ਹੋ ਜਾਂਦੀ ਮੈਲ, ਉਹ ਵੀ ਖਤਮ ਹੋ ਜਾਂਦੀ ਹੈ। ਬਗਲਾਂ ਦੇ ਵਾਲ ਪੁੱਟਣਾ ਜਾਂ ਇਹਨੂੰ ਖਤਮ ਕਰਨਾ ਇਹ ਸੁੰਨਤ ਹੈ। ਇਹ ਨੌਵਾਂ ਨੂੰ ਪੁੱਟ ਕੇ ਖਤਮ ਨੌਵਾਂ ਨੂੰ ਕੱਟਣਾ ਅਤੇ ਮੁੱਛਾਂ ਨੂੰ ਬਗਲਾਂ ਦੇ ਵਾਲ ਜਿਹੜੇ ਨੇ ਇਹ ਪੁੱਟ ਕੇ ਖਤਮ ਕਰਨਾ ਸੁੰਨਤ ਹੈ। ਅਤੇ ਅਗਰ ਇਹਨਾਂ ਨੂੰ ਮੁੰਨ ਲਿਆ ਜਾਵੇ ਫਿਰ ਵੀ ਠੀਕ ਹੈ, ਕਿਉਂਕਿ ਇਹਨਾਂ ਨੂੰ ਖਤਮ ਕਰਨਾ ਸਫਾਈ ਹੁੰਦੀ ਹੈ ਅਤੇ ਗੰਦਗੀ ਬੂ ਤੋਂ ਨਜਾਤ ਮਿਲਦੀ ਹੈ। ਇਹਨਾਂ ਪੰਜ ਸਿਫਤਾਂ ਦੇ ਨਾਲ ਇਜ਼ਾਫਾ ਕੀਤਾ ਜਾਏ ਦਾੜ੍ਹੀ ਨੂੰ ਮਾਫ਼ ਕਰਨਾ ਅਤੇ ਮਸਵਾਕ ਕਰਨਾ ਵੀ ਕਰਨਾ ਅਤੇ ਨੱਕ ਦੀ ਸਫਾਈ ਕਰਨਾ, ਕੁੱਲੀ ਕਰਨਾ ਅਤੇ ਜੋੜਾਂ ਦੇ ਉੱਤੇ ਜਿਹੜੇ ਉਂਗਲੀਆਂ ਦੇ ਉੱਤੇ ਹਿੱਸੇ ਨੇ ਉਹਨਾਂ ਨੂੰ ਜਿਹੜਾ ਸਾਫ਼ ਕਰਨਾ ਅੱਛੀ ਤਰ੍ਹਾਂ, ਕਿਉਂਕਿ ਉਹਨਾਂ 'ਚ ਮੈਲ ਫਸ ਜਾਂਦੀ ਹੈ ਇਸਤੰਜੇ ਦੇ ਨਾਲ। ਅਤੇ ਆਇਸ਼ਾ ਰਜ਼ੀ ਅੱਲਾਹ ਤਾਲਾ ਅਨਹਾ ਤੋਂ ਹਦੀਸ ਹੈ, ਨਬੀ ਅਲੈਹਿ ਸਲਾਮ ਨੇ ਫਰਮਾਇਆ ਕਿ ਫਿਤਰਤ 'ਚੋਂ ਨੇ ਮੁੱਛਾਂ ਨੂੰ ਕੱਟਣਾ ਅਤੇ ਦਾੜ੍ਹੀ ਬਣਾਉਣਾ ਅਤੇ ਮਸਵਾਕ ਜਿਹੜਾ ਹੈ ਉਹ ਇਸਤੇਮਾਲ ਕਰਨਾ ਅਤੇ ਨੱਕ ਦੀ ਸਫਾਈ ਕਰਨਾ ਅਤੇ ਨਾਖਨ ਕੱਟਣਾ ਅਤੇ ਜੋੜਾਂ ਨੂੰ ਜਿਹੜਾ ਸਾਫ਼ ਕਰਨਾ ਅਤੇ ਮੁੱਛਾਂ ਬਗਲਾਂ ਦੇ ਵਾਲ ਕੱਟਣਾ ਔਰ ਜ਼ੇਰੇ ਨਾਫ ਵਾਲ ਕੱਟਣਾ ਔਰ ਇਸਤੰਜਾ ਕਰਨਾ ਔਰ ਕੁੱਲੀ ਕਰਨਾ।